ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਖੜ੍ਹੇ ਹਾਂ ਦੋਸਤੋ ਪਿੰਡ ਠੱਠੀਆਂ ਖੁਰਦ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ, ਰਵੀ ਵੀਰ ਦੇ ਕੋਲ ਆਏ ਹਾਂ ਦੋਸਤੋ। ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ, ਪਸ਼ੂ ਵਪਾਰ ਦਾ ਕਿੱਤਾ ਵੀਰ ਦਾ, ਕੋਈ ਪਸ਼ੂ ਦੋਸਤੋ ਇੱਕ ਦੋ ਨਗ ਤੁਹਾਨੂੰ ਇਸ ਕਿੱਲੇ ਦੇ ਉੱਪਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ। ਤਾਂ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਇਸ ਘਰੋਂ ਤੁਹਾਨੂੰ ਦਿਖਾਏ ਆ, ਅੱਜ ਇਸ ਵੀਡੀਓ ਦੇ ਵਿੱਚ ਇੱਕ ਵੈੜ ਤੁਹਾਨੂੰ ਦਿਖਾਵਾਂਗੇ, ਕਰੋਸੰਗ। ਇਹ ਵੈੜ ਆ ਦੋਸਤੋ, ਬਿਲਕੁਲ ਤਾਜ਼ੀ ਸੂਈ ਸਵਾਈ ਆ, ਬੌਲੇ 'ਤੇ ਚੱਲਣ ਡਈ ਆ। ਉਹ ਪੂਰੀ ਡਿਟੇਲ ਰਵੀ ਵੀਰ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਅੱਜ ਤਰੀਕ ਦੋਸਤੋ 24 ਮਈ, ਅਤੇ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ। ਪਸ਼ੂ ਵੈਸੇ ਸਾਫ਼ ਸੁਥਰੇ ਲੈ ਕੇ ਆਉਂਦਾ ਵੀਰ, ਠੀਕ ਹੈ ਜੀ। ਰੇਟ ਪੜਤਾ ਵੀ ਬਿਲਕੁਲ ਜਾਇਜ਼ ਹੁੰਦਾ, ਛੋਟੇ ਭਾਅ ਪੜਤੇ ਵਾਲੇ ਪਸ਼ੂ ਹੁੰਦੇ ਆ, ਅਤੇ ਪਸ਼ੂ ਵੈਸੇ ਚੰਗੇ ਹੁੰਦੇ ਆ ਚੋਣ ਚਾਣ ਦੇ, ਬਾਕੀ ਪੂਰੇ ਸਰੀਰਕ ਪੱਖੋਂ ਵੀ ਪਸ਼ੂ ਬੜੇ ਸਾਫ਼ ਸੁਥਰੇ ਆ। ਆਓ ਲੈਂਦੇ ਹਾਂ ਵਧੇਰੇ ਡਿਟੇਲ, ਕਰਦੇ ਹਾਂ ਗੱਲਬਾਤ। ਅਤੇ ਹਰੀਕੇ ਪੱਤਣ ਤੋਂ ਦੋਸਤੋ ਕੋਈ 5-6 ਕਿਲੋਮੀਟਰ ਦੀ ਦੂਰੀ ਆ, ਮਰਾਣਾ ਪਿੰਡ ਇੱਕ ਪਾਸੇ ਆ, ਰੱਤਾ ਗੁੱਦਾ ਅਲੀਪੁਰ, ਇਹ ਪਿੰਡ ਬਿਲਕੁਲ ਨਾਲ ਨਾਲ ਲੱਗਦੇ ਆ। ਠੱਠੀਆਂ ਖੁਰਦ ਤੁਸੀਂ ਵਿਜਿਟ ਕਰਨੀ ਆ। ਰਵੀ ਵੀਰੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਹੋਰ ਵੀਰ ਜੀ ਠੀਕ ਠਾਕ? ਹਾਂਜੀ, ਕਿਰਪਾ ਮਾਲਕ ਦੀ। ਅੱਛਾ ਰਵੀ, ਪਸ਼ੂ ਤਕਰੀਬਨ ਮੈਨੂੰ ਲੱਗਦਾ ਬਾਹਰ ਵੀ ਤੋਰਾ ਫੇਰਾ ਕਰ ਲਈਏ ਤਾਂ ਪਸ਼ੂ ਵੀ ਇੱਕ ਦੋ ਹੀ ਹੱਥ ਭਾਜੀ, ਇੱਕ ਅੱਧਾ ਹੀ ਲੱਭਦਾ ਜੀ, ਸੁਥਰਾ ਡੰਗਰ ਇੱਕ ਅੱਧਾ ਹੀ ਲੱਭਦਾ ਤੇ ਉਹ ਜਿਹੀ ਜਿਸ ਤਰ੍ਹਾਂ ਮਰਜ਼ੀ ਲਈ। ਸਹੀ ਹੈ, ਸਹੀ ਹੈ। ਹਾਂਜੀ ਹਾਂਜੀ। ਤੇ ਅੱਜ ਵੀ ਤਕਰੀਬਨ ਆਪਣੇ ਕੋਲ ਬਿਲਕੁਲ 1.25 ਲੱਖ ਨਾਗਾ। ਹਾਂਜੀ, ਇੱਕੋ ਹੀ ਹੈ ਨਾ, ਇੱਕੋ ਨਾਗ ਆ ਗਿਆ। ਹਾਂਜੀ ਹਾਂਜੀ, ਹੁਣੇ ਫਿਰ ਤੁਰਦੇ ਫਿਰਦੇ ਐਂ ਬਾਈ ਵਾਰ ਠੀਕ ਆ, ਲਈ ਇੱਕ ਅੱਧੀ ਵਸੀ ਬਾਹਰ, ਠੀਕ ਆ ਜੀ, ਕੋਈ ਨੀ ਕੱਲ ਨੂੰ ਨੀ ਪਰਸੋਂ ਪਾ ਦਾਂਗੇ ਫਿਰ। ਬਿਲਕੁਲ ਜੀ ਬਿਲਕੁਲ। ਲੈ ਵੀ ਰਵੀ ਵੀਰ, ਇਹ ਜਿਹੜੀ ਵਛੀ ਹੈ ਇਹਦਾ ਸੂਆ ਦੱਸ ਦਈਏ ਕਿੰਨਾ? ਭਾਜੀ ਪਹਿਲਾਂ ਹੀ ਸੂਆ ਵਾ, ਪਹਿਲਾਂ ਪਲੋਣ ਹੀ ਸੂਈ ਆ। ਹਾਂਜੀ ਹਾਂਜੀ ਹਾਂਜੀ, ਬਾਕੀ ਹੋਰ ਦੰਦਾਂ ਹੀ ਤਾਂ ਜਵਾਨ ਹੋ ਗਈ ਬਣੀ ਆ। ਅੱਛਾ ਜੀ, ਵੈਸੇ ਸੂਈ ਪਹਿਲਾਂ, ਠੀਕ ਆ। ਵੈਸੇ ਸੂਆ ਪਹਿਲਾਂ ਦੋਸਤੋ ਮੂੰਹੋਂ ਦੰਦੀ ਜਵਾਨ ਹੀ ਆ, ਪਰ ਸੂਆ ਪਹਿਲਾਂ ਸੂਈ ਆ, ਠੀਕ ਆ। ਤੇ ਅੱਜ ਦਿਨ ਕਿੰਨੇ ਹੋ ਗਏ ਇਹਨੂੰ? ਭਾਜੀ ਕੱਲ ਹੀ ਸੂਈ ਹੈ, ਕੱਲ ਹੀ ਸੂਈ ਆ, ਮਗਰ ਬੱਚਾ ਬੱਚਾ ਵੱਛੀ 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 ਆ ਮਗਰ, ਠੀਕ ਆ ਜੀ। ਹਾਂਜੀ, ਲਓ ਦੋਸਤੋ, ਮਗਰ ਫੀਮੇਲ ਕਾਫ ਆ, ਵੱਛੀ ਆ। ਤੇ ਹਾਈਟ ਕਾਤ ਵੀ ਇੱਕ ਵਾਰੀ ਆਪਾਂ ਤੁਹਾਨੂੰ ਮੈਂਸ਼ਨ ਕਰ ਦਿੰਦੇ ਆ, ਮੀਡੀਅਮ ਦਰਮਿਆਨੀ ਹਾਈਟ ਆ, ਜਿੱਦਾਂ ਇੱਕ ਆਪਾਂ ਜਰਸੀ ਬਰੀਡ ਦੇ ਵਿੱਚ ਬੈਠਾ ਵੇਖਦੇ ਆ, ਓਡੀ ਕੁ ਹਾਈਟ ਆ, ਪਰ ਆਰਡਰ ਉਡਰ ਦੀ ਕੁਆਲਿਟੀ ਬਹੁਤ ਸੋਹਣੀ ਆ, ਠੀਕ ਆ। ਅੱਜ ਦੂਜੇ ਦਿਨ ਦੇ ਵਿੱਚ ਸੋ ਬੌਲੇ ਤੇ ਚੱਲ ਰਹੀ ਹੈ, ਤੇ ਬੌਲਾ ਰਵੀ ਕਿੰਨਾ ਕੁ ਕੱਢਿਆ ਵੀਰ? ਫਿਰ ਦੋ ਡੰਗ ਚੋਈ ਭਾਜੀ, 9 ਕਿਲੋ ਆ, 8 ਦੀ ਗਾਰੰਟੀ ਆਪਣੀ, ਠੀਕ ਹੈ ਜੀ। ਹਾਂਜੀ, ਲਓ ਵੀ 9 ਕਿਲੋ ਦੋਸਤੋ ਬੌਲਾ ਵੀਰ ਦੱਸ ਰਿਹਾ, ਪਰ 8 ਕਿਲੋ ਦੀ ਤਸੱਲੀ ਆ ਜਿਹੜੇ ਵੀਰ ਨੇ ਲੈ ਕੇ ਜਾਣੀ ਆ, ਤੁਸੀਂ ਆਈਡੀਆ ਮੰਨ ਲਿਓ ਵੀ 8 ਕਿਲੋ ਬੌਲਾ, ਠੀਕ ਹੈ ਜੀ, 8-9 ਦੇ ਦਰਮਿਆਨ ਚੱਲਣ ਡਈ ਆ। ਰਵੀ ਇੱਕ ਵਾਰੀ ਹੋਰ ਘੁਮਾ ਦੇ ਵੀਰ, ਤੋਰ ਦੇ ਇੱਧਰ ਨੂੰ, ਆਹ ਦੇਖੋ ਜੀ, ਠੀਕ ਆ। ਸੋ ਪਹਿਲਣ ਵੱਛੀ ਆ ਦੋਸਤੋ, ਪਹਿਲਣ ਵੈੜ ਆ, ਠੀਕ ਆ। ਬੇਸ਼ੱਕ ਵੀਰਾਂ ਦਾ ਵੀ ਥੋੜਾ ਜਵਾਨ ਹੋ ਕੇ ਬਣੀ ਆ ਜਾਂ ਸੂਈ ਆ, ਪਰ ਥਣ ਦੀ ਕੁਆਲਿਟੀ ਬਹੁਤ ਸੋਹਣੀ ਆ, ਹੱਥੀ ਚਬਾਈ ਵਾਲਾ ਥਣ ਆ, ਮੁੱਠੀ ਥਣ। ਆਹ ਲਓ ਜੀ, ਸੋ ਫੇਸ ਕੁਆਲਿਟੀ ਵੇਖੋ, ਠੀਕ ਆ ਜੀ। ਸੋ ਕਰੋਸੰਗ ਦੇ ਵਿੱਚ ਜਿੱਦਾਂ ਕਿ ਦੋਸਤੋ ਗਰਮੀ ਦੀ ਰੁੱਤ ਬਿਲਕੁਲ ਹੈਗੀ ਹੁਣ, ਠੀਕ ਆ ਜੀ, ਗਰਮੀ ਗੁਰਮੀ ਦਾ ਇਹਨੂੰ ਜਿਹੜਾ ਕੋਈ ਪ੍ਰਵਾਹ ਨਹੀਂ ਹੈਗੀ ਕਿ ਚਾਹੇ ਕੋਈ ਵੀ ਧੁੱਪੇ ਛਾਵੇਂ ਜਿੱਦਾਂ ਮਰਜ਼ੀ ਕਰ ਲਏ। ਸੋ ਗਰਮੀ ਗੁਰਮੀ ਨਾ ਮਨਾਉਣ ਵਾਲੀ ਬਰੀਡ ਆ ਕਰੋਸੰਗ ਦੇ ਵਿੱਚ। ਸੋ ਥਣ ਦੀ ਬਹੁਤ ਵਧੀਆ ਕੁਆਲਿਟੀ ਆ, ਸੋ ਜਿੱਦਾਂ ਕਿ ਬਹੁਤੇ ਘਰਾਂ ਦੇ ਵਿੱਚੋਂ ਲੇਡੀਜ਼ ਔਰਤਾਂ ਨੇ ਚਵਾਈ ਕਰਨੀ ਹੁੰਦੀ ਆ, ਸੋ ਬਿਲਕੁਲ ਪਰਫੈਕਟ ਚਵਾਈ ਕਰਵਾ ਦੂਗੀ ਲੰਬੇ ਥਣ। ਠੀਕ ਆ, ਤੇ ਰਵੀ ਕੀ ਮੰਗ ਕਰਦੇ ਆ ਫਿਰ ਵਾਚੀ? ਕਿਤੋਂ ਤੱਕ ਮੋਲ ਤੇ 36000 ਰੁਪਏ ਕਰਦੇ ਨੇ। 36000, 34000 ਦੀ ਦੇ ਦੀਏ? 34000 ਦੀ, ਹਾਂਜੀ। ਵੇਖ ਲਓ ਹੋਰ ਵੀ ਕਸਰ ਕੁਸਰ ਕੱਢ ਕੇ ਕੱਢ ਦਾਂਗੇ ਭਾਜੀ, ਕਸਰਾਂ ਕੱਢ ਦਿਆ ਜੀ, ਜੇ ਆਪਾਂ ਹੁਣੇ ਕੱਢਦੇ ਆ ਤੇ ਬਾਰੇ ਭੈਣ ਭਰਾਵਾਂ ਨੇ ਫਿਰ ਕਢਾਉਣੇ ਆ। ਅੱਛਾ, ਹਾਂਜੀ, ਲਓ ਜੀ। ਲਓ ਦੱਸੋ, ਵੈਸੇ ਮਾਨ ਤਾਂ ਖੁੱਲਾ ਕਰ ਦਿੰਦਾ ਵੀਰ, ਠੀਕ ਆ ਜੀ, ਬਾਕੀ ਜ਼ਿਆਦਾ
ਮਹਿੰਗਾ ਪਸ਼ੂ ਨਾ ਆਪ ਅੱਗੋਂ ਖਰੀਦਣਾ, ਬਿਲਕੁਲ ਆਪ ਜਾਇਜ਼ ਲੈਣਾ ਤੇ ਆਪ ਹੀ ਦੇਣਾ ਅੱਗੋਂ, ਤੇ ਮਗਰ ਵੱਛੀ। ਠੀਕ ਆ, ਤੇ ਦੁੱਧ ਰਵੀ ਵੈਸੇ ਕਿੰਨੀ ਕੁ ਉਮੀਦ ਕਰਦੇ ਵੀਰ, ਕਿੰਨਾ ਕੁ ਚਾਹੀਦਾ? 10-12 ਕਿਲੋ, ਜ਼ਿਆਦਾ ਆਪਾਂ ਝੂਠ ਐਵੇਂ ਮਾਰੀ ਜਾਈਏ ਵੀ ਛੋਟੀ ਵੱਛੀ ਆ, ਬਲਕਿ 35-36 ਹਜ਼ਾਰ ਵਾਲੀ ਰੇਂਜ ਆ, 36 ਹਜ਼ਾਰ ਵਾਲੀ, ਮਤਲਬ ਵੀ ਚਲੋ 10 ਕੁ ਲੀਟਰ ਬੜਾ ਹੁੰਦਾ। ਬਹੁਤ ਆ ਭਾਈ, ਤਾਂ ਬਹੁਤ ਆ 10 ਲੀਟਰ। ਮੈਨੂੰ ਲੱਗਦਾ ਵੀ ਚੰਗੀ ਕਬੀਲਦਾਰੀ ਘਰੇ ਵੀ ਚਾਹ ਪਾਣੀ ਚੱਲ ਜਾਂਦਾ, ਥੋੜਾ ਦੋ ਸਿਰ ਪਾਉਣਾ ਦੁੱਧ, 5 ਕਿਲੋ ਭਾਵੇਂ ਪਾਈ ਹੋਏ ਤੇ 5 ਘਰੇ ਪੀ, ਪਰਿਵਾਰਕ ਮੈਂਬਰਾਂ ਨੂੰ ਲੈ ਕੇ ਆਪਦਾ ਆਪ ਵਧੀਆ ਪਾਲੀ ਜਾਊਗੀ। ਜੇ ਭਾਈ 10 ਕਿਲੋ ਵਾਲੀ ਮੱਝ ਲੈਣੀ ਹੋਵੇ ਤਾਂ ਮੈਂ 1.5 ਲੱਖ ਲਈ ਜਾਊਗੀ। ਬਿਲਕੁਲ ਜੀ, ਜਿੰਨਾ ਮੱਝਾਂ ਦਾ ਰੇਟ ਹੋਇਆ ਸਹੀ ਆ। ਹਾਂਜੀ ਹਾਂਜੀ ਬਿਲਕੁਲ, ਲਓ ਦੋਸਤੋ ਬਿਲਕੁਲ। ਬਾਕੀ ਸੀਲ ਸਲਾਗਾ ਕੋਈ ਵੰਗਾ ਨਹੀਂ ਪਾਉਣਾ ਜੀ, ਇਤਰਾ ਭਾਵੇਂ ਬਾਈ ਬੱਚਾ ਬਹਿ ਕੇ ਚੋਲੇ। ਸੋ ਸੀਲ ਸਲਾਗਾ ਦੋਸਤੋ ਇੱਕ ਖਾਸ ਖਾਈ ਦਿੰਦੇ ਬਾਈ, ਬਿਲਕੁਲ ਛੋਟੀ ਬਰੀਡ ਆ, ਥੋੜਾ ਜਿਹਾ ਪੱਠੇ ਥੋੜਾ ਜਿਹਾ ਦਾਣਾ ਵੰਡਾ ਖਾ ਕੇ ਪਸ਼ੂ ਰੱਜਣ ਵਾਲਾ। ਠੀਕ ਆ, ਬਾਕੀ ਥਣ ਦੀ ਕੁਆਲਿਟੀ ਵੇਖੋ, ਕੱਲੀ ਕਹਿਣ ਵਾਲੀ ਗੱਲ ਨਹੀਂ ਗੀ ਵੀ ਕਹਿ ਦਿੱਤਾ ਮੁੱਠੀ ਥਣ ਆ ਤੇ ਬਿਲਕੁਲ ਥਣ ਛੋਟੇ ਨਿਕਲਣਗੇ, ਥਣ ਕੇ ਹੱਥੀ ਚਵਾਈ ਦਾ ਥਣ ਨਿਕਲੂਗਾ। ਆਹ ਭਰਾ ਭਰੂ ਤੁਸੀਂ ਸਾਹਮਣੇ ਦੇਖ ਲਓ, ਠੀਕ ਆ, ਆਹ ਅਗਲੇ ਥਣਾਂ ਦਾ ਵੇਖ ਲਓ ਜੀ, ਆਹ ਲਓ ਜੀ, ਠੀਕ ਆ ਜੀ। ਠੀਕ ਆ, ਤੇ 36 ਹਜ਼ਾਰ ਤੇ 34 ਹਜ਼ਾਰ, 34 ਹਜ਼ਾਰ ਦੇ ਵਿੱਚੋਂ ਦੋਸਤੋ ਥੋੜ੍ਹਾ ਬਹੁਤਾ ਕੋਈ ਮੌਕੇ 'ਤੇ ਮਾਨਤਾ ਹੋ ਜੂਗਾ। ਸੋ ਵਾਇਰ ਤੁਸੀਂ ਦੇਖ ਲਈ ਆ ਪ੍ਰੋਪਰ, ਠੀਕ ਆ ਜੀ, ਇੱਕ ਰੰਗ ਬਲੈਕ ਆ ਤੇ ਥਣ ਭਾਂਡੇ ਦੀ ਪੂਰੀ ਖਬਰਦਾਰ ਆ ਕਰਮਾਰੀ, ਠੀਕ ਆ ਜੀ, ਤੇ ਬੋਲੇ ਤੇ ਚੱਲ ਰਹੀ ਆ, ਬੋਲੇ ਤੇ ਤੁਸੀਂ ਭਰਾ ਕੇ ਆਪਣੀ ਤਸੱਲੀ ਕਰ ਸਕਦੇ ਜੀ, ਬਿਲਕੁਲ ਪੀਲਾ ਜਿਹੜਾ ਬੋਲਾ ਬਣਦਾ ਇਸ ਵਕਤ ਇਹਦੇ ਥੱਲੇ। ਰਵੀ ਚੰਗੀ ਆ ਵੈੜ ਵੀਰ। ਹਾਂਜੀ ਭਾਜੀ, ਬਾਕੀ 34 ਹਜ਼ਾਰ ਦੇ ਵਿੱਚੋਂ ਥੋੜਾ ਬਹੁਤਾ ਜੋ ਵੀ ਆਇਆ ਮੌਕੇ ਤੇ ਕਰ ਲਾਂਗੇ, ਕਰਾਂਗੇ ਕਰਾਂਗੇ ਕਰਾਂਗੇ। ਤੇ ਨੰਬਰ ਬੋਲ ਦਈਏ ਆਪਣੇ, 82-647-5150। ਠੀਕ ਹੈ ਜੀ। ਹਾਂਜੀ, ਤੇ ਭਾਜੀ ਇੱਕ ਟਰੈਕਟਰ ਆਪਣੇ ਕੋਲ ਸੋਨਾਲੀਕਾ 750, ਆ ਦੇ ਦਿਓ ਵੇਰਵਾ ਉਹਦਾ ਵੀ। 2015 ਮਾਡਲ ਆ ਭਾਜੀ। ਠੀਕ ਆ ਜੀ, ਤੇ 750 RX। RX ਹਾਂਜੀ, 2015 ਮਾਡਲ। ਹਾਂਜੀ, ਮਗਰ ਕਿਹੜੇ ਮਹੀਨੇ ਦਾ ਆਊਗਾ ਭਾਜੀ? ਮਹੀਨਾ ਨਹੀਂ ਮੇਰੇ ਹਿਸਾਬ ਨਾਲ ਮੈਂ ਵੇਖਿਆ, ਉਹ ਕਾਪੀ ਤੇ ਸ਼ੋਅ ਹੋ ਜਾਏਗਾ ਸੀ ਆਪਾਂ। ਵੈਸੇ 15 ਮਾਡਲ ਆ। ਹਾਂਜੀ ਹਾਂਜੀ, ਤੇ RX ਆ ਦੋਸਤੋ। ਹਾਂਜੀ, 750 ਜੀ। 750 ਹਾਂਜੀ ਹਾਂਜੀ, ਮਗਰਲੇ ਟਾਇਰ ਭਾਜੀ ਨਵੇਂ ਆ। ਅੱਛਾ ਜੀ। ਹਾਂਜੀ, ਕੋਈ 85-90 ਪੈਸੇ ਹੋਣਗੇ। ਕਿਹੜੀ ਕੰਪਨੀ ਦੇ ਟਾਇਰ ਮਗਰਲੇ? ਸੀਏਟ ਦੇ। ਸੀਏਟ ਦੇ ਆ। ਹਾਂਜੀ, ਅਗਲੀ ਜੋੜੀ, ਅਗਲੀ ਗੁੜੀਅਰ ਦੀ ਨਾਲ ਦੀ। ਠੀਕ ਆ ਜੀ। ਹਾਂਜੀ, ਬਾਕੀ ਇੰਜਨ ਉਂਜਨ ਤਾਂ ਪੱਕਾ? ਬਿਲਕੁਲ ਬਿਲਕੁਲ ਵਧੀਆ ਬਾਈ। ਠੀਕ ਆ ਜੀ, ਅਗਲਾ ਆਪਣੀ ਚਲਾ ਕੇ ਤਸੱਲੀ, 2-4 ਕਿਲੋ ਤੇ ਪੈਲੀਆਂ ਵੇਲੀਆਂ। ਲੋਕਲ ਪੰਜਾਬ ਨੰਬਰ ਹੀ ਆਪਣਾ? ਗੁਰਦਾਸਪੁਰ ਦਾ ਨੰਬਰ। ਗੁਰਦਾਸਪੁਰ ਨੰਬਰ। ਹਾਂਜੀ ਹਾਂਜੀ, ਲਓ ਵੀ ਗੁਰਦਾਸਪੁਰ ਨੰਬਰ ਆ, ਵੈਸੇ ਸੈਕੰਡ ਨਾਂ ਹੈਗਾ? ਹਾਂਜੀ ਸੈਕੰਡ ਨਾਂ ਭਾਜੀ ਆਪਣੇ ਨਾਂ। ਹਾਂਜੀ ਠੀਕ ਆ ਜੀ, ਲਓ ਦੱਸੋ RX 750-750। ਠੀਕ ਆ ਜੀ, ਇਹ ਵੀ ਟਰੈਕਟਰ ਵੀਰ ਰਵੀ ਹੁਣਾਂ ਦੇ ਕੋਲੇ ਵਿਕਾਊਗਾ। ਬਾਕੀ ਥੋੜੀਆਂ ਬਾਦੀਆਂ ਨਾਲ ਫੋਟੋਆਂ ਆਪਾਂ ਚਲਦੀਆਂ ਕਰ ਦਿੱਤੀਆਂ ਨੇ, ਤੁਸੀਂ ਫੋਟੋਆਂ ਦੇਖ ਲਓ ਤਸੱਲੀ ਦੇ ਨਾਲ, ਬਿਲਕੁਲ ਓਰੀਜਨਲ ਆ, ਕੋਈ ਫੁਹਾਰ ਕੋਈ ਕਲਮ ਕੁਲਮ ਕਿਸੇ ਤਰ੍ਹਾਂ ਦੀ ਕੋਈ ਲੱਗੀ ਨਹੀਂ ਭਾਜੀ, ਬਿਲਕੁਲ ਆਪਣੀ ਤਸੱਲੀ ਕਰਕੇ ਖੜੇ ਹੋਏ, ਵੀ ਓਰੀਜਨਲ ਆ ਸਾਰਾ। ਬਿਲਕੁਲ ਭਾਜੀ, ਬਿਲਕੁਲ। ਲਓ ਦੱਸੋ ਇੰਜਨ ਗੇਅਰ ਤਾਂ ਪੱਕਾ, ਠੀਕ ਆ ਜੀ, ਉਹ ਤੁਸੀਂ ਬਿਲਕੁਲ ਵਾਹਣ ਵਿਹਲੇ ਆ। ਠੀਕ ਆ ਜੀ, ਤੇ ਵਾਹਣ ਵਿਹਲੇ ਆ ਤੇ ਕੋਈ ਵੀਰ ਆਪਦਾ 2 ਕਨਾਲਾ 3 ਕਨਾਲਾ ਅੱਧਾ ਕਿਲਾ ਆਪਾਂ ਕਿਹੜਾ ਵੇਚਣ ਲਈ ਲਿਆਂਤਾ ਵਾ? ਆਪਾਂ ਘਰੇ ਵਾਇਆ 17-16 ਟਰੈਕਟਰ ਆਪਣੇ ਕੋਲ ਆਇਆ। ਅੱਛਾ ਜੀ, ਉਦੋਂ ਦਾ ਆਪਾਂ ਵਾਉਂਦੇ ਆ ਜੀ। ਵਾਉਂਦੇ ਆ। ਹਾਂਜੀ, ਹੁਣ ਤਾਂ ਆਪਣੀ ਰੀਜ ਆ ਥੋੜੀ 44 ਦਾ ਕਰਕੇ ਤਾਂ ਲੈਣਾ ਆਪਾਂ 744 ਲੈਂਦਾ। 44 ਦੀ ਰੀਜ ਆ ਭਾਈ ਆਪਣੀ। ਟਰੈਕਟਰ ਆਪਣੇ ਕੋਲ 2 ਆ, ਪਹਿਲੀ ਆਪਾਂ ਵਾਉਂਦੇ ਕਰਕੇ ਤੇ ਇੱਕ ਟਰੈਕਟਰ 44 ਲੈਂਦਾ ਰਾਦਾ। ਠੀਕ ਆ ਠੀਕ। ਹਾਂਜੀ ਹਾਂਜੀ, ਲਓ ਵੀ ਅੱਗੇ ਸਵਰਾਜ 744 ਲੈਂਦਾ ਰਾਦਾ ਵੀਰ ਦਾ, ਉਹ ਵੀ ਕਿਸੇ ਵੀਰ ਕੋਲ ਤਕਰੀਬਨ ਕੋਈ ਡਾਊਨ ਮਾਡਲ ਵੀ ਕਹਿ ਲਓ, ਚਾਹੇ 14-15 ਮਾਡਲ, 12 ਮਾਡਲ ਤੋਂ ਲੈ ਕੇ 14-15 ਮਾਡਲ, 16 ਮਾਡਲ ਉਹ ਵੀ ਹੋਵੇ ਤੇ ਉਹ ਵੀ ਤੁਸੀਂ ਦੱਸ ਦਿਆ ਜੇ। ਤੇ ਇਹ ਸੋਨਾਲੀਕਾ ਜਿਹੜਾ 750-750 ਟਰੈਕਟਰ ਆ DI, ਇਹ ਵਿਕਾਊਗਾ। ਠੀਕ ਆ ਜੀ, ਤੇ ਰੇਟ ਪੜਤਾ ਜਿਹੜਾ ਨੰਬਰਾਂ ਦੇ ਵੀਰ, ਜੇ ਤੁਸੀਂ ਕਾਲ ਕਰ ਲਿਓ, ਨੰਬਰ ਸਕਰੀਨ ਤੇ ਲੱਗਾ ਦੋਸਤੋ, ਰੇਟ ਪੜਤਾ ਜਿੰਨਾ ਵੀ ਹੋਇਆ ਉਹ ਤੁਸੀਂ ਬਾਕੀ ਮੌਕੇ ਤੇ ਆਣ ਕੇ ਵੀ ਤਾਲਮੇਲ ਬਿਠਾ ਲਿਓ। ਤੇ ਫਿਲਹਾਲ ਇੱਕ ਜਿਹੜੀ ਆ ਵੈੜ ਵਿਕਾਊ ਆ, ਇਹਦੀ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।